ਇੱਕ ਸੀ ਬੰਦਾ, ਉਹ ਨਸ਼ੇ ਤੇ ਲੈ ਕੇ ਦਿੰਦਾ ਹੁੰਦਾ ਸੀ। ਹਜੇ ਕੱਲ ਦੀ ਗੱਲ ਹੈ। ਬ੍ਰੇਕਫਾਸਟ ਦੇ ਵਿੱਚ ਫੀਮ ਫੂਮੀ ਖਾ ਕੇ ਆਇਓ, ਮੈਨੂੰ ਤਾਂ ਲੱਗਦਾ ਉਹੀ ਚੱਲਦਾ ਮੈਮ। ਹੋਰ ਬ੍ਰੇਕਫਾਸਟ ਕਿਹਨੂੰ ਕਹਿੰਦੇ ਨੇ? ਕੀ ਮੈਸੇਜ ਦੇਣਾ ਚਾਹੁੰਦੇ ਸੋਸਾਇਟੀ ਨੂੰ ਕਿ ਨਾ ਨਸ਼ੇ ਪੱਤੇ ਕਰੋ? ਚਲੋ ਠੀਕ ਆ, ਇੱਕ ਕਹਿੰਦੇ ਕਿ ਹੈ ਕਿ ਦਵਾਈ ਦੇ ਯੂਜ਼ ਚ ਕੰਮ ਆਉਂਦਾ, ਠੀਕ ਆ। ਅਗਰ ਕਰਦੇ ਵੀ ਆ ਯਾਰ, ਇੱਕ ਪੜਦਾ ਹੁੰਦਾ ਕਿ ਉਹ ਲੋਕ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਿਉਂ ਮੋਟੀਵੇਟ ਕਰਦੇ ਨਹੀਂ? ਹਾਂ ਸ਼ਾਇਦ ਤਾਂ ਕੋਈ ਫਾਇਦਾ ਹੁੰਦਾ ਹੋਗਾ, ਲਹਿਰ ਹੁੰਦੀ ਹੋਗੀ, ਕੂਲ ਲੱਗਾਂਗੇ। ਭੈਣ ਚੋਂ ਤਾਂ ਕੋਈ ਕੰਮ ਹੈ ਨਹੀਂ ਹੋਰ। ਭੈਣ ਚੋਂ ਤਾਂ ਹੋਰ ਕੰਮ ਨਹੀਂ ਹੈ ਕੋਈ, ਇਹ ਕੰਮ ਕਰਨਾ ਪਈਦਾ ਹੈ, ਕਰਨਾ ਪਈ। ਲਾ ਤੁਸੀਂ ਨਸ਼ੇ ਉੱਪਰ ਲੋਕਾਂ ਨੂੰ ਯਾਰ, ਮੈਂ ਸਾਡੀ ਗੱਲ ਹੀ ਭੁੱਲ ਗਿਆ। ਹਾਂ ਸੱਚ, ਭਾਜੀ ਹੁਣੇ ਬਲੌਗਰਾਂ ਰੋਸਟ ਕਰਦੇ ਆ, ਪਰ ਭਾਜੀ ਹੁਣੇ ਆਪ ਬਲੌਗ ਬਣਾਉਂਦੇ ਆ। ਵੈਲਕਮ ਟੂ ਅਨਦਰ ਬਲੌਗ। ਅੱਜ ਆਪਾਂ ਜਿਮ ਡਨ ਕਰ ਲਿਆ ਆਪਣਾ, ਤੇ ਆਪਾਂ ਚੱਲੇ ਜਿਮ ਦੇਖਣ, ਫੀਸ ਦੇਣ। ਅਰੇ ਬਾਪ ਰੇ, ਇਹ ਤਾਂ ਧੋਤੀ ਖੋਲ ਰਿਹਾ ਹੈ। ਇੰਨਾ ਹੀ ਨਹੀਂ ਭਾਜੀ, ਹੁਣੇ ਜੂਏ ਵੀ ਪ੍ਰਮੋਟ ਕਰਦੇ ਆ, ਪ੍ਰਮੋਸ਼ਨਾਂ ਕਰਦੇ ਆ ਜੂਏ ਦੀਆਂ। ਵਿਦਡਰਾਅਲ ਵਾਲੇ ਆਪਸ਼ਨ ਬਿਲਕੁਲ ਸੇਫ ਆ, ਬਿਲਕੁਲ ਸਿੰਪਲ ਆ, ਈਜ਼ੀ ਆ। ਲਿੰਕ ਤਾਂ ਡਿਸਕ੍ਰਿਪਸ਼ਨ 'ਚ ਜਾਓ, ਤੇ ਮੇਰਾ ਪ੍ਰੋਮੋ ਕੋਡ ਯੂਜ਼ ਕਰਨਾ ਨਾ ਭੁੱਲਿਓ, Wines555, ਤੇ ਇੰਜੋਏ ਔਨ ਮੋਸਟ ਬੈਟ। ਕਰਨ ਭਾਜੀ, ਕਰਨ ਭਾਜੀ ਨਾ, ਮੇਰਾ ਪ੍ਰਾਚਾ ਵਾਲਾ ਮਾਰੇਗਾ, ਤਾਂ ਹੀ ਤੈਨੂੰ ਲੋਕੀ ਦੋਗਲਾ ਕਹਿੰਦੇ ਆ। ਫਿਰ ਜੇ ਮੈਂ ਭਾਜੀ ਨੂੰ ਕਿਹਾ ਕਿ ਤੁਸੀਂ ਜੂਆ ਪ੍ਰਮੋਟ ਕਰਦੇ ਹੋ, ਤਾਂ ਭਾਜੀ ਹੁਣ ਤੱਕ ਜਵਾਬ ਤਾਂ ਕੀ ਹੋਇਆ? ਆ ਮੈਂ ਸਕਰੀਨਸ਼ੋਟ ਲਾ ਦਿੰਦਾ, ਇਹ ਤੁਸੀਂ ਦੇਖ ਲਿਓ। ਭਾਜੀ ਹੁਣੀ ਕਹਿੰਦੇ ਬੇਸ਼ੱਕ ਆਪਣੀ ਵੀਡੀਓ ਵਿੱਚ ਲੋਕਾਂ ਨੂੰ ਕਹਿਣਾ ਆ ਕਿ ਜੂਏ 'ਤੇ ਪੈਸਾ ਲਾਓ, ਪਰ ਕਹਿੰਦੇ ਵੀਡੀਓ ਦੇ ਅਖੀਰ ਵਿੱਚ ਮੈਂ ਲੋਕਾਂ ਨੂੰ ਇਹ ਵੀ ਕਹਿ ਦਿੰਦਾ ਆ ਕਿ ਇਹਦੇ ਉੱਪਰ ਪੈਸਾ ਲਾਉਣ ਦੀ ਕੋਈ ਲੋੜ ਨਹੀਂ ਹੈ। ਕਿਤਨੇ ਤੇਜਸਵੀ ਲੋਕ ਹੈ ਹਮਾਰੇ ਪਾਸ, ਕਿਤਨੇ ਸ਼ਾਨਦਾਰ ਵਿਚਾਰ ਰੱਖਤੇ। ਪਹਿਲਾਂ ਕਿਸੇ ਬੰਦੇ ਨੂੰ ਤੁਸੀਂ ਜ਼ਹਿਰ ਦੇ ਦਿਓ, ਜਦੋਂ ਬੰਦਾ ਉਹ ਮਰਨ ਲੱਗਦਾ ਹੈ ਨਾ, ਫਿਰ ਤੁਸੀਂ ਚੱਕ ਕੇ ਉਹਨੂੰ ਹਸਪਤਾਲ ਲੈ ਜਾਓ, ਤੇ ਬਾਅਦ ਲੋਕਾਂ ਨੂੰ ਕਹੋ ਦੇਖੋ ਮੈਂ ਤੇ ਬਾਈ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਨਾ, ਹੁਣ ਉਹਨੇ ਬੱਚਿਆਂ ਦਾ ਮੇਰਾ ਇੱਕ ਕਸੂਰ ਹੈ। ਭਾਜੀ ਕਰੇ ਤੇ ਚਮਤਕਾਰ, ਆਹੀ ਕਰੀ ਤੇ ਬਲਾਤਕਾਰ। ਭਾਜੀ ਸਭ ਕੁਝ ਕਰ ਸਕਦੇ ਆ, ਜੂਆ ਪ੍ਰਮੋਟ ਕਰਦੇ, ਸ਼ਰਾਬ ਪੀ ਸਕਦੇ ਆ, ਕਲੱਬਾਂ ਜਾ ਸਕਦੇ ਆ, ਹਰ ਕੁਝ ਕਰ ਸਕਦੇ ਆ, ਪਰ ਜੇ ਕੋਈ ਦੂਜਾ ਬੰਦਾ ਕਰੇ ਨਾ, ਭਾਜੀ ਹੁਣ ਰੋਸਟ ਕਰ ਦਿੰਦੇ ਆ। ਲਓ ਜੀ, ਸੋਨੂੰ ਸੀਤ ਵਾਲਾ ਲਗਾ ਲਾਉਣ ਡੈਡਲਿਫਟ, ਠੀਕ ਹੈ ਜੀ, ਤੇ ਡੈਡਲਿਫਟ ਲਾਉਣ ਲਗਾ 160 ਕਿਲੋ। ਇਹਦਾ ਵੀ ਦਿਮਾਗ ਅੱਜ ਕੱਲ ਬਹੁਤ ਖਰਾਬ ਹੋਇਆ ਪਏ ਆ, ਇਸ ਕਰਕੇ ਕਹਿ ਰਿਹਾ ਮੈਂ। ਕੌਂਕ ਨਾਲੇ ਕੁੱਤਿਆਂ ਦੀ ਆਦਤ ਨਹੀਂ ਜਾਂਦੀ ਇੱਥੋਂ ਦੀ ਚੜਮ ਦੀ। ਸਗਣ ਸਗਣ ਕਰਨਾ ਨਾ, ਚੱਜ ਨਾ ਕਰ ਲੈਣ, ਜੀਜਾ ਇੱਥੇ ਹੀ ਆ। ਆ ਦੇਖ ਲਓ ਤੁਹਾਡਾ ਸਟਾਰ ਦੀ ਬੋਲੀ, ਕਿਸੇ ਦਾ ਜ਼ਿਆਦਾਤਰ ਨਾਂ ਲਿਆ ਕੇ ਬਾਰ ਬਾਰ ਚੜਮ ਚੜਮ ਕਰਦਾ ਪਿਆ, ਫੋਦੂ ਜੇ ਫੜ ਕੇ ਅਗਲਾ ਲੰਮਾ ਪਾ ਲਿਆ ਨਾ, ਫਿਰ ਇਹਦੇ ਨਾਲ ਨਾਲ ਤੁਸੀਂ ਵੀ ਚੀਕਣਾ ਆ। ਜਿਹੜੇ ਇਹਨੂੰ ਸੁਣਦੇ ਆ ਉਸਤਾਦ, ਉਸਤਾਦ ਕਹਿੰਦੇ ਆ ਕਿ ਉਹ ਤਾਂ ਸਾਧ ਬੰਦਾ, ਫੱਕਰ ਬੰਦਾ, ਉਹਦਾ ਧੱਕਾ ਹੋ ਗਿਆ, ਪਹਿਲਾਂ ਜ਼ਬਾਨ ਨੂੰ ਸੰਭਾਲ ਕੇ ਚਲਾਈ ਦਿੰਦਾ ਹੈ, ਕਿਉਂਕਿ ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ। ਨਾ 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 ਨਾ, ਉਹਨੇ ਹੋਇਆ ਕੁੜੀ ਆ, ਚਵਲ ਨਹੀਂ ਮਾਰੀ, ਚਵਲ ਨਹੀਂ ਮਾਰੀ, ਰੋਟੀਆਂ ਕੁੜੀ ਆ ਲਿਆ, ਕੁੜੀ ਆ ਲਿਆ, ਚਲ ਬਾ ਨਾ ਕਰ, ਨਾ ਕਰ ਨਾ ਕਰ ਨਾ ਕਰ ਨਾ ਕਰ ਸਾਲੇ। ਉਹ ਮੇਰਾ ਭਰਾ ਟੇਕ ਕੇ ਬਹਿ ਜਾ, ਚੁੱਕ ਜਿਹੜੀ ਪੱਥਰ ਪਾੜ ਦਿੰਦੀ ਹੈ, ਤੇ ਪਿਛਵਾੜਾ ਕਿੱਡੀ ਕੁ ਵੱਡੀ ਚੀਜ਼ ਆ ਉਹਦੇ ਲਈ, ਐਵੇਂ ਕਿਸੇ ਪਿੱਛੇ ਲੱਗ ਕੇ ਨਾ ਐਵੇਂ ਜਣ ਖੜੇ ਦਾ ਪੰਗੇ ਨਾ ਲਿਆ ਕਰ ਭਰਾ ਮੇਰਾ, ਮੁੜ ਕੇ ਇਹਨਾਂ ਤੇਰੇ ਨਾਲ ਕਿਸੇ ਨੇ ਨਹੀਂ ਚੱਲਣਾ ਹੈਗਾ, ਇਹ ਸਾਲੇ ਸਿਰੇ ਸਵਾਦ ਲੈਣ ਵਾਲੇ ਆ। ਬਾਤ ਸਹੀ ਹੈ। ਦੇਖ ਕਿੱਦਾਂ ਕਲਪੀ ਪਈ ਹੈ, ਮੈਨੂੰ ਲੱਗਦਾ ਕਿ ਰੀਝ ਨਾ ਬਜਾਗ ਛੱਡੀ ਹੈ ਇਹਨੇ, ਇੰਨੀ ਕਲਪੀ ਪਈ ਹੈ ਵੀਡੀਓ ਵਿੱਚ। ਤੁਸੀਂ ਮੈਨੂੰ ਸਿੱਧਾ ਬੇਬੇ ਦੀ ਨੂੰ ਬਣਾਉਣਾ ਹੈ ਜਾਂ ਪਹਿਲਾਂ ਤੁਸੀਂ ਵੀ ਹੋਟਲ ਲੈ ਜਾ ਕੇ ਮੈਨੂੰ ਚੈੱਕ ਕਰਨਾ? ਹੋਟਲ 'ਚ ਨਾ ਨਾ ਬੀਬਾ, ਬੀਬਾ ਤੂੰ ਕਿੱਥੇ ਹੋਟਲ ਵਾਲੀ ਹੈ, ਤੂੰ ਤੇ ਉਹ ਕਮ ਖੇਤਾ ਹੁਤਾ ਵਾਲੀ ਹੈ, ਮੋਟਰ ਵਾਲੀ ਹੈ, ਹੋਟਲ 'ਚ ਥੋੜ੍ਹੀ ਤੈਨੂੰ ਲੈ ਜਾਣਾ ਹੈ ਨਾ, ਦੱਸ ਪਾਗਲ ਹੈ ਤੂੰ। ਅਦੇ ਲੈ ਕੋ ਹੋਰ ਮਾਨ ਗਸਤੀ, ਭੈਣ ਚੋ ਉਮਰਾਂ ਨਾਲ ਵੱਡੇ ਤੇ ਇਹਨਾਂ ਦੇ ਦੁੱਧ ਵਾਲੇ ਭਾਂਡੇ ਆ, ਤੈਨੂੰ ਬੀਬਾ ਅਜੇ ਤੱਕ ਹੱਥ ਨਹੀਂ ਲੱਗੇ, ਤੇਰੇ ਵਰਗੀ ਬਾਜ ਪਤਾ ਕੀ ਕਹਿੰਦੀ ਹੁੰਦੀ ਆ ਫਿਰ। ਵੀਡੀਓ 'ਚ ਇਹਨੇ ਗੰਦ ਪਾਇਆ ਭੈਣ ਚੋ, ਹਰ ਵੀਡੀਓ 'ਚ ਇਹੀ ਗੰਦੇ ਇਸ਼ਾਰੇ ਕਰੀ ਜਾਂਦੇ ਵੀ ਸਾਲਾ ਇਹਦੇ ਘਰ ਦਾ ਕੋਈ ਰੋਕ ਟੋਕ ਦਾ ਕੋਈ ਨਹੀਂ ਹੈਗਾ, ਭੈਣ 'ਚ ਦਿਖਦਾ ਕੋਈ ਰਿਸ਼ਤੇਦਾਰ ਆਂਢੀ ਗੁਆਂਢੀ ਸਾਲਾ ਕੋਈ ਨਹੀਂ ਸਮਝਾਉਣ ਵਾਲਾ ਹੈਗਾ ਯਾਰ।
तू गंद पाया है। अब तुम लोग गलती से अगर नए हो तो सब्सक्राइब करो, वो जो लाल वाला बटन है उस पे अपने जीजा जी फेंक के मारो या फूफा जी, मुझे नहीं पता, बस क्लिक हो जाना चाहिए। अब मैं भी जा, बाय।